ਨਗਰ ਕੌਂਸਲ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਜਿੱਥੇ ਕਰੋੜਾਂ ਵੋਟਰਾਂ ਨੂੰ ਮਿਲ ਕੇ ਵੋਟਾਂ ਕਾਹਦਾ سلسلہ ਜਾਰੀ ਹੈ ਉੱਥੇ ਵੀ ਵੋਟਰਾਂ ਨੂੰ ਪਰਮਾਣ ਤਰਸਿਆ ਨੂੰ ਮਨਾਉਂਦਾ سلسلہ ਵੀ ਜਾਰੀ ਹੋ ਚੁੱਕਾ ਇਸੇ ਹੀ ਕੜੀ ਦੀ ਨਾ ਅੱਜ ਜੰਡਿਆਲਾ ਗੁਰੂ ਦੇ ਵੱਖ-ਵੱਖ ਬਾਡਾਂ ਵਿੱਚ ਸਰਦਾਰ ਅਜੇਪਾਲ ਸਿੰਘ ਮੀਰਾਕੋਟ ਸਾਬਕਾ ਵਿਧਾਇਕ ਤੇ ਸਾਬਕਾ ਚੇਰਨਾ ਪੰਸਾ ਪੰਜਾਬ ਵੱਲੋਂ ਲੋਕਾਂ ਨਾਲ タルਮਿਲ ਕੀਤਾ ਗਿਆ ਤੇ ਸ਼ੋਮਨੀ ਕਾਲੀ ਦੇ ਲਈ ਵੋਟਾਂ ਕਹੀਆਂ ਗਈਆਂ ਆ ਉਹਨਾਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਅਜਵਾੜ ਨੰਬਰ 7 ਤੇ 8 ਵਿੱਚ ਅਸੀਂ ਦੋਰ ਬਾਈ ਦੋਰ ਬੇਨਤੀ ਕਰਨ ਗਏ ਪਰ ਲੋਕਾਂ ਨੇ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਬੜਾ ਪਿਆਰ ਦਿੱਤਾ ਲੋਕਾਂ ਨੇ ਕਿਉਂਕਿ ਜਿੱਥੇ ਅੱਜ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਗਰ ਕੀਰਤਨ ਸੀ ਉਹਨਾਂ ਦੇ ਸੰਪਰਪਤ ਸਾਰੀਆਂ ਸੰਗਤਾਂ ਉਹਨਾਂ ਨੇ ਦਰਸ਼ਨ ਦੇਦਾਰੇ ਕੀਤੇ ਪਰ ਅੱਜ ਸ਼ਾਮ ਨੂੰ ਸਮਾਪਤੀ ਤੋਂ ਬਾਅਦ ਅਸੀਂ 8 ਨੰਬਰ ਵਾਰਡ ਦੇ ਵਿੱਚ ਅੱਜ ਸਾਹ ਜਗੀਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਉਨ ਘਰ ਘਰ ਵੋਟਰਾਂ ਕਈਆਂ ਤੇ ਲੋਕਾਂ 'ਚ ਬੜਾ ਉਤਸ਼ਾਹ ਹੈ ਲੋਕ ਇਹ ਇਹ ਗੱਲ ਕਹਿੰਦੇ ਆ ਕਿ ਜਿਹੜੀਆਂ ਇੱਥੇ ਹਾਕਮ ਪਾਰਟੀਆਂ ਸੀ ਪੁਰਾਣੀਆਂ ਸ਼ਹਿਰ ਦੇ ਵਿੱਚ ਉਹਨਾਂ ਨੇ ਵਿਕਾਸ ਨਹੀਂ ਕੀਤਾ ਸ਼ਹਿਰ ਦੇ ਵਿੱਚ ਨਸ਼ੇ ਦਾ ਬੋਲਬਾਲਾ ਹੋਇਆ ਉਹਨੂੰ ਠੱਲ ਪਾਉਣ ਵਾਸਤੇ ਲੋਕਾਂ ਨੇ ਮਨ ਬਣਾ ਲਿਆ ਕਿ ਇੱਥੇ ਸਾਰੇ ਦੇਸ਼ ਪ੍ਰਤਾਪ ਸਿੰਘ ਕਹਿਰੋਂ ਨੇ ਜਿਹੜੇ ਉਮੀਦਵਾਰ ਉਤਾਰੇ ਨੇ ਉਹਨਾਂ ਨੂੰ ਬਹੁਤ ਵੱਡੀ ਜਿੱਤ ਦੇ ਕੇ ਇੱਥੇ ਕਮੇਟੀ ਬਣਾਉਣੀ ਹੈ ਕੌਂਕੀ ਸਰਾਰ ਪ੍ਰਕਾਸ਼ ਸਿੰਘ ਬਾਦਲ ਦਾ ਜੋ ਸੰਕਲਪ ਕੀਤਾ ਸੀ ਉਹਨਾਂ ਤੇ ਪਹਰਾ ਦੇਣ ਵਾਸਤੇ ਅਸੀਂ ਸਾਰੇ ਜਿਹੜੇ ਉਮੀਦਵਾਰ ਆ ਐ 8 ਨੰਬਰ ਤੋਂ ਜਾਦਵੰਦਾਂ ਜਾਦਾ 7 ਤੋਂ ਹਰਪ੍ਰੀਤ ਸਿੰਘ ਬਬਲੂ ਜੀ ਐ ਦੋ ਵਾਡਾਂ ਦੇ ਵਿੱਚ ਅਸੀਂ ਅੱਜ ਡੋਰ ਬਾਈ ਡੋਰ ਕਰ ਰਹੇ ਆ ਸੋ ਜਿੱਥੇ ਅੱਜ ਇੰਨੀ ਠੰਡ ਦੇ ਵਿੱਚ ਜਿਹੜੇ ਵਰਕਰ ਸਾਡੇ ਉਹ ਕੰਮ ਕਰ ਰਹੇ ਆ ਉਹ ਤੇ ਸੰਗਤ ਦਾ ਬੜਾ ਪਿਆਰ ਆ ਸੰਗਤ ਆਪ ਘਰ ਘਰ ਜਾ ਕੇ ਸਾਡੇ ਵੀਰ ਸਾਰੇ ਉਹ ਵੋਟਾਂ ਕਹਿ ਰਿਹਾ ਔਰ ਮੈਨੂੰ ਇਹ ਆਸ ਆ ਕਿ 14 ਤਰੀਕ ਨੂੰ ਬਹੁਤ ਬਹੁਤ ਨਾਲ ਸਾਡੇ ਕੈਂਡੀਡੇਟ ਜਿੱਤਣਗੇ ਧੰਨਵਾਦ ਜੀ ਇਹ ਹਨ ਅਜੀਪਾਲ ਸਿੰਘ ਮੀਰਾਕੋਟ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਪਸਪ ਪੰਜਾਬ ਜਿਨ੍ਹਾਂ ਨੇ ਜੋ ਵਾਰਡਨ ਦੇ ਵਿੱਚ ਜਾ ਕੇ ਲੋਕਾਂ ਨੂੰ ਪਾਰਟੀ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਉਹਦੇ ਬਾਰੇ ਗੱਲਬਾਤ ਕੀਤੀ ਤੁਸੀਂ ਵਿਖੇ ਦਰਜੀਤਪਾ ਟੀਵੀ ਮੈਂ ਹਾਂ ਦੋਸਤ ਰਣਜੀਤ ਸਿੰਘ ਜੋਸਨ ਜੰਡਿਆਲਾ ਗੁਰੂ ਬਹੁਤ ਬਹੁਤ ਧੰਨਵਾਦ